ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਲੈਸਨ ਨੰਬਰ 6 ਸਾਡੇ ਲੈਸਨ ਦਾ ਨਾਮ ਹੈ ਲੈਟ ਅਸ ਨਾਟ ਫੋਰਗਟ ਦਾ ਮਾਰਟਰ ਤੇ ਬੇਟਾ ਇਹਦੇ ਲੌਂਗ ਕੁਐਸਚਨ ਆਨਸਰ ਆਗੇ ਨੇ ਤੇ ਇੱਕ ਕੁਐਸਚਨ ਮੈਂ ਪਹਿਲਾਂ ਪਾਰਟ 2 ਵਿੱਚ ਕਰਵਾ ਦਿੱਤਾ ਹੁਣ ਸਾਡੇ ਸੈਕੰਡ ਕੁਐਸਚਨ ਹੈ ਡਿਸਕ੍ਰਾਈਬ ਦਾ ਰੋਲ ਆਫ ਲੈਫਟੀਨੇਟ ਕਰਨਲ ਧਾਨ ਸਿੰਘ ਥਾਪਾ ਡੂਰਿੰਗ ਦਾ ਚਾਈਨਸ ਅਟੈਕ ਕਹਿੰਦੇ ਕਿ ਜਦੋਂ ਚਾਈਨਾ ਦਾ ਅਟੈਕ ਕੀਤਾ ਜਦੋਂ ਚਾਈਨਾ ਦਾ ਅਟੈਕ ਹੋਇਆ ਭਾਰਤ ਤੇ ਤਾਂ ਉਹਦੇ ਵਿੱਚ ਕਰਨਲ ਜਿਹੜਾ ਹੈ ਧਾਨ ਧਾਨ ਸਿੰਘ ਥਾਪਾ ਨੇ ਕੀ ਭੂਮਿਕਾ ਨਿਭਾਈ ਉਹਦੇ ਬਾਰੇ ਹੀ ਡਿਸਕ੍ਰਾਈਬ ਕਰਨਾ ਹਰਡ ਅਨਸਰ ਹੈ ਕਹਿੰਦੇ ਡੂਰਿੰਗ ਦਾ ਸਿਨੋ ਇੰਡੀਆ ਵਾਰ ਆਫ 1962 ਧਾਨ ਸਿੰਘ ਥਾਪਾ ਵਾਸ ਪੋਸਟਡ ਇਨ ਲਦਾਖ ਕਹਿੰਦੇ ਕਿ ਇਹ ਜਦੋਂ ਚਾਈਨਾ ਤੇ ਇੰਡੀਆ ਦੇ ਵਿੱਚ ਵਾਰ ਹੋਈ 1962 ਵਿੱਚ ਜਿਹੜਾ ਧਾਨ ਸਿੰਘ ਥਾਪਾ ਹੀ ਉਹਨਾਂ ਉਹ ਜਿਹੜੇ ਹੀ ਲਥਾਨ ਦੇ ਵਿੱਚ ਤੈਨਾਤ ਸੀ ਔਨ 20 ਅਕਤੂਬਰ 1962 ਕਹਿੰਦੇ ਕਿ 20 ਅਕਤੂਬਰ 1962 ਨੂੰ ਦਾ ਚਾਈਨਾ ਅਟੈਕਡ ਸਿਰੀਜਾਪ ਵਨ ਪੋਸਟ ਨੀਅਰ ਦਾ ਚੂਸ਼ੂਲ 에ਅਰਪੋਰਟ ਲਥਾਨ ਸੋਰੀ ਲਥਾਕ ਕਹਿੰਦੇ ਕਿ

ਪੋਸਟ ਦਿਨ ਲੱਗੇ ਜਿਹੜਾ ਇਹ ਚੋਸੂਲ 에어ਪੋਰਟਲ ਥਾਨ ਉਹਦੇ ਤੇ ਅਟੈਕ ਕਰ ਦਿੱਤਾ ਦੇ ਅਟੈਕਡ 3 ਟਾਈਮ ਵਿਦ ਮੋਰ ਐਂਡ ਮੋਰ ਅਮਿਊਨੇਸ਼ਨ ਐਂਡ ਟੈਂਕਸ ਅਮਿਊਨੇਸ਼ਨ ਅਮਿਊਨੇਸ਼ਨ ਹੁੰਦਾ ਹੈ ਅਸਲੇ ਕਹਿੰਦੇ ਕਿ ਉਹਨਾਂ ਨੇ ਤਿੰਨ ਵਾਰੀ ਜ਼ਿਆਦਾ ਤੋਂ ਜ਼ਿਆਦਾ ਗੋਲਾ ਬਾਰੂਦ ਤੇ ਟੈਂਕਾਂ ਨਾਲ ਹਮਲੇ ਕੀਤੇ ਬਟ ਈਚ ਟਾਈਮ ਮੇਜਰ ਧਾਨ ਸਿੰਘ ਥਾਪਾ Along with his men, repulsed the attack by inflicting heavy loss on the enemy. Can they? ਤੇ ਉਹਨਾਂ ਨੇ ਜਦੋਂ ਹਮਲੇ ਕੀਤੇ ਪਰ ਮੇਜਰ ਜਿਹੜੇ ਮੇਜਰ ਸਾਹਬ ਨੇ ਮੇਜਰ ਥਾਪਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਿਲ ਕੇ ਤੇ ਦੁਸ਼ਮਣਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਤੇ ਉਹਨੇ ਦੇ ਹਮਲੇ ਦਾ ਹਰ ਹਮਲੇ ਦਾ ਮੂੰਹ ਤੋੜ ਹਿੰਮਤ ਨਾਲ ਜਵਾਬ ਦਿੱਤਾ when the army overran the post dhan singh thapa don't care about his own and jumped out of his trench kende ki jadon ਉਹਨਾਂ ਨੇ ਆਰਮੀ ਵਾਲਿਆਂ ਨੇ ਉਹਦੇ ਟੈਂਕ ਤੇ ਜਿਹੜਾ ਇਹ ਪੂਰਾ ਉਹਨਾਂ ਦੇ ਮੋਰਚੇ ਤੇ ਜਿਹੜਾ ਉਹ ਚੌਂਕੀ ਨੂੰ ਉਜਾੜ ਦਿੱਤਾ ਪਰ ਫਿਰ ਵੀ ਤਾਨ ਸਿੰਘ ਥਾਪਾ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕੀਤੀ ਤੇ ਆਪਣੇ ਜਿਹੜੀ ਖਾਈ ਜਿਹੜੀ ਉਹਦੇ ਤੋਂ ਅੰਦਰ ਮਤਲਸ਼ਲਾੰਗ ਲਗਾਤੀ ਤੋਂ ਬਾਹਰ ਆ ਗਏ ਹੀ ਕਿਲਡ ਮੈਨੀ ਆਫ ਦਾ ਇਨਟਰੂਡਰ ਇਨ ਹੈਂਡ ਟੂ ਹੈਂਡ ਫਾਈਟਿੰਗ ਕਹਿੰਦੇ ਫਿਰ ਉਹਨਾਂ ਨੇ ਬਹੁਤ ਸਾਰੇ ਜਿਹੜੇ ਇਹ ਹੈਗੇ ਹੀ ਗੁੱਸਪੇਟੀਏ ਉਹਨਾਂ ਨੂੰ ਹੱਥੋਂ ਪਾਏ ਦੇ ਨਾਲ ਹੀ ਮਾਰ ਦਿੱਤਾ ਠੀਕ ਹੈ ਬੇਟਾ ਨੈਕਸਟ ਹੈ ਕਹਿੰਦੇ ਐਕਸਪਲੇਨ ਦਾ ਬਰੇਵਲੀ ਡਿਸਪਲੇਡ ਬਾਈ ਹਵਲਦਾਰ ਅਬਦੁੱਲ ਅਬਦੁੱਲ ਹਮੀਦ ਇਨ ਦਾ ਇੰਡੋ-ਪਾਕ ਵਾਰ ਆਫ ਦਾ 1965 ਹੁਣ ਕਹਿੰਦੇ ਨੇ ਕਿ ਜਿਹੜੇ ਅਬਦੁੱਲ ਹਮੀਦ ਜੀ ਨੇ ਉਹਨਾਂ ਦੀ ਕੀ ਭੂਮਿਕਾ ਰਹੀ ਹੈ ਭਾਰਤ ਤੇ ਇੰਡੀਆ ਦੇ ਜੰਦ ਵਿੱਚ ਜਿਹੜਾ ਕਿ 1965 ਵਿੱਚ ਹੋਇਆ ਤਾਂ ਇਹ ਪੜਦੇ ਆਂ ਕਹਿੰਦੇ ਹਵਲਦਾਰ ਅਬਦੁਲ ਹਮੀਦ ਵਾਸ ਪੋਸਟਡ ਇਨ ਦਾ ਖੇਮ ਕਰਨ ਸੈਕਟਰ ਕਹਿੰਦੇ ਜਿਹੜੇ ਹਵਲਦਾਰ ਅਬਦੁਲ ਹਮੀਦ ਹੀ ਉਹ ਮਤਲਬ ਕਿ ਖੇਮ ਕਰਨ ਸੈਕਟਰ ਵਿੱਚ ਤਨਾਤ ਸੀ ਪਿੱਖੀ ਪਿੰਡ ਇਨ ਪੰਜਾਬ ਐਟ दैट ਟਾਈਮ ਜਿਹੜਾ ਕਿ ਪਿੱਖੀ ਪਿੰਡ ਪੰਜਾਬ ਵਿੱਚ ਸਥਿਤ ਹੀ ਔਨ 10th ਦਿਸੰਬਰ 1965 ਪਾਕਿਸਤਾਨ ਫੋਰਸ ਅਟੈਕ ਨੀਅਰ ਵਿਲੇਜ ਚੀਮਾ ਇਨ ਦਾ ਖੇਮ ਕਰਨ ਸੈਕਟਰ ਵਿਦ ਦਾ ਰੈਜ਼ਿਮੈਂਟ ਆਫ ਦਾ ਪੈਟਰਨ ਟੈਂਕ ਕਹਿੰਦੇ ਨੇ ਕਿ ਉਹ ਮਤਲਬ 10 10 डिसेंबर 1965 ਨੂੰ ਕੀ ਕੀਤਾ ਕਿ ਪਾਕਿਸਤਾਨੀ ਸੈਨਾ ਨੇ ਚੀਮਾ ਪਿੰਡ ਦੇ ਨੇੜੇ ਜਿਹੜਾ ਕਿ ਖੇਮ ਕਰਨ ਸੈਕਟਰ ਦੇ ਵਿੱਚ ਉਹਦੇ ਉਹਦੇ ਉੱਤੇ ਇੱਕ ਰੈਜੀਮੈਂਟ ਜਰ ਪੈਟਰਨ ਟੈਂਕ ਦੇ ਨਾਲ ਅਟੈਕ ਕਰਤਾ ਰਿਅਲਾਈਜ਼ਿੰਗ ਦਾ ਸੀਰੀਅਸਨੈਸ ਆਫ ਦਾ ਸਿਚੁਏਸ਼ਨ ਕਹਿੰਦੇ ਸਥਿਤੀ ਦੀ ਗੰਭੀਰਤਾ ਨੂੰ ਸਮਝਦੇ ਸਮਝਦੇ ਹੋਏ ਹਮਿਦ Hamid moved out with his gun mounted on a jeep and start firing on the enemy tank ਕਹਿੰਦੇ ਨੇ ਕਿ ਸਥਿਤੀ ਨੂੰ ਸਮਝਦੇ ਹੋਏ ਜਿਹੜੇ ਹੀ ਬੜੀ ਗੰਭੀਰ ਸਥਿਤੀ ਆ ਗਈ ਤੇ ਉਹਨੂੰ ਸਮਝਦੇ ਹੋਏ ਹਮੀਦ ਆਪਣੀ ਜੀਪ ਤੇ ਇੱਕ ਬੰਦੂਕ ਲਾ ਕੇ ਬਾਹਰ ਨਿਕਲ ਆਏ ਤਾਂ ਦੁਸ਼ਮਣਾਂ ਦੇ ਟੈਂਕਾਂ ਦੇ ਉੱਪਰ ਗੋਲਾਬਾਰੀ ਕਰਨ ਲੱਪੇ ਵੈਨ ਦਾ ਐਨਮੀ ਟੈਂਕ ਸਪੌਟ ਸਪੌਟਡ ਅਬਦੁੱਲ ਹੰਬੀਦ ਦੇ 스타ਟਰ ਫਾਇਰਿੰਗ ਐਟ ਸੋਰੀ ਇੱਕ ਲਾਈਨ ਰਹੇਗੀ ਕਹਿੰਦੇ ਹੀ ਡਿਸਟਰੋਏ ਟੂ ਆਰਮੀ ਟੈਂਕ ਜਦੋਂ ਉਹ ਆ ਗਏ ਹਿੰਮਤ ਕਰਕੇ ਬਾਹਰ ਤੋਂ ਉਹਨਾਂ ਨੇ ਦੋ ਆਰਮੀ ਟੈਂਕ ਜਿਹੜੇ ਹੀ ਡਿਸਟਰੋਏ ਕਰਤੇ ਤਬਾਹ ਕਰ ਦਿੱਤੇ when the enemy when the enemy tankers spot abdul hamid they start firing at him kende ki jadon unna ne jehda abdul hamid ji da vekhya nishane te matlab jagah nu vekhya te oh unna te gola bari ਕਰਨ ਲੱਪੇ ਨਜ਼ਰ ਆ ਗਿਆ ਉਹਨਾਂ ਦਾ ਟੈਂਕ ਤੋਂ ਉਹਨਾਂ ਤੇ ਗੋਲਾਬਾਰੀ ਕਰਨ ਲੱਗ ਕੇ ਹੀ ਵਾਸ ਬੈਡਲੀ ਵੰਡਰਡ ਬਾਈ ਹਾਈਲੀ ਐਕਸਪਲੋਸਿਵ ਸੈਲ ਕਹਿੰਦੇ ਕਿ ਫਿਰ ਉਹ ਬਹੁਤ ਹੀ ਭਿਆਨਕ ਬਹੁਤ ਹੀ ਵੀ ਸਪੋਰਟ ਸਮਗਰੀ ਜਿਹੜੀ ਪਈ ਦੀ ਉੱਤੇ ਬੰਬ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਕਿਉਂਕਿ ਉੱਤੇ ਬੰਬ ਪਾਤਾ ਦੁਸ਼ਮਣਾਂ ਨੇ ਤੇ ਪੂਰੀ ਤਰ੍ਹਾਂ ਜ਼ਖਮ ਹੋ ਗਏ ਬਟ ਹੀ ਕੰਟੀਨਿਊਡ ਫਾਇਰਿੰਗ ਔਨ ਅਨਦਰ ਐਨਮੀ ਆਰਮੀ ਟੈਂਕ ਟਿਲ ਹੀ ਡੈਡ ਕਹਿੰਦੇ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੇ ਜਿਹੜੇ ਦੁਸ਼ਮਣਾਂ ਦੇ ਹੋਰ ਵੀ ਟੈਂਕਾਂ ਤੇ ਗੋਲਾਬਾਰੀ ਕੀਤੀ ਤੇ ਆਖਿਰ ਵਿੱਚ ਉਹ ਜਿਹੜੇ ਹੀ ਸ਼ਹੀਦ ਹੋ ਗਏ ਠੀਕ ਹੈ ਨੈਕਸਟ ਹੈ ਕਹਿੰਦੇ ਹਾਓ ਹਾਉ ਡਿਡ ਫਲਾਈਂਗ ਆਫੀਸਰ ਨਿਰਮਲ ਜੀ ਤੇ ਨਿਰਮਲ ਜੀ ਸਿੰਘ ਸੇਖੋ ਡਿਫੀਨ ਦਾ ਸ੍ਰੀਨਗਰ 에어ਬਾਸ ਇਨ 1971 ਕਹਿੰਦੇ ਨੇ ਕੀ ਜਿਹੜੇ ਸਾਡੇ ਆਫੀਸਰ ਨਿਰਮਲਜੀਤ ਸਿੰਘ ਸੇਖੋਹੀ ਉਹਨਾਂ ਨੇ ਸ਼੍ਰੀਨਗਰ ਜਿਹੜਾ ਹੈਗੀ ਸ਼੍ਰੀਨਗਰ ਸੈਨਿਕ ਹਵਾਈ ਅੱਡੇ ਨੂੰ ਕਿਸ ਤਰ੍ਹਾਂ ਬਚਾਇਆ ਹਮਲੇ ਤੋਂ ਹਰ ਅਨਸਰ ਹੈ ਕਹਿੰਦੇ ਨੇ 14 ਦਸੰਬਰ 1971 ਕਹਿੰਦੇ ਨੇ 14 ਦਸੰਬਰ 1971 ਨੂੰ 6 ਪਾਕਿਸਤਾਨ 에ਅਰ ਫੋਰਸ F86 ਜੈਟ ਅਟੈਕਡ ਸ਼੍ਰੀਨਗਰ 에ਅਰਬਾਸ ਕਹਿੰਦੇ ਨੇ ਕਿ ਐਸ਼ੀ ਜਿਹੜੇ SF68 ਹੀ ਜਟ ਜਹਾਜ਼ਾਂ ਤੇ ਸ਼੍ਰੀਨਗਰ ਨੇ ਸੈਨਿਕ ਹਵਾਈ ਅੱਡੇ ਤੇ ਹਮਲਾ ਕਰ ਦਿੱਤਾ ਠੀਕ ਹੈ ਨੀਰ ਅੱਗੇਗਾ ਸੇਖੋ ਵਾਜ਼ ਆਨ ਰੈਡੀਨੈਸ ਡਿਊਟੀ ਐਟ ਡੈਟ ਟਾਈਮ ਕਹਿੰਦੇ ਕਿ ਜਿਹੜੇ ਸੇਖੋ ਹੀ ਉਸ ਸਮੇਂ ਮਤਲਬ ਅਮਰਜੈਂਸੀ ਡਿਊਟੀ ਤੇ ਸੀ ਅ ਨੈਸਟ ਹੈਗਾ ਇੰਦ ਨੇ ਕਿ ਉਸ ਉਸ ਤੋਂ ਬਾਅਦ ਹੜਾ ਆ ਜਾਂਦਾ ਹੈ ਇਹ ਲਾਈਨ ਹਾਂ ਦਾ ਐਂਡ ਮੀ ਇਅਰ ਕ੍ਰਾਫਟ ਡ੍ਰੋਪ ਬੰਬ ਔਨ ਦਾ ਗਰਾਉਂਡ ਟਾਰਗੇਟ ਤੇ ਉਹਨਾਂ ਨੇ ਵੇਖਿਆ ਕਿ ਸੈਨਿਕ ਜਿਹੜੇ ਤੈਨਾਤ ਨੇ ਤੇ ਉਹਨਾਂ ਨੇ ਮਤਲਬ ਜ਼ਮੀਨ ਤੇ ਟਾਰਗੇਟ ਬਣਾਇਆ ਜਿੱਥੇ ਜਿੱਥੇ ਉਹਨਾਂ ਨੂੰ ਲੱਗਾ ਕਿ ਇੱਥੇ ਆਦਮੀ ਵਾਲੇ ਖੜੇ ਨੇ ਉਹਨਾਂ ਨੇ ਉੱਥੇ ਟਾਰਗੇਟ ਕੀਤਾ ਉੱਥੇ ਬੰਬਾਰੀ ਸ਼ੁਰੂ ਕਰ ਦਿੱਤੀ ਅੰਡਰ ਹੈਵੀ ਫਾਇਰਿੰਗ ਸੇਕੋ ਸਮ ਹਾਉ ਵਾਸ ਏਬਲ ਟੂ ਟੇਕ ਆਫ off in his jet and flight white with the saber kende ki inna saariyaan di golabari de gola bawajood vi seko kisi na kisi tarah oh apne jet udan vich kamjaab ho gaye to onna ne fighting kiti he skurred a direct, uh, direct hit on the saber and set another ambles uh, kende ki ambles ਕਹਿੰਦੇ ਕਿ ਉਹਨਾਂ ਨੇ ਬਹੁਤ ਸਾਰੇ ਜਿਹੜੇ ਹੀ ਜਹਾਜ਼ ਜਿਹੜੇ ਡਾਇਰੈਕਟ ਉਹਨਾਂ ਨੂੰ ਤਬਾਹ ਕਰ ਦਿੱਤਾ ਤੇ ਬਾਕੀਆਂ ਨੂੰ ਅੱਗ ਦੇ ਪੇਟ ਚੜਾ ਦਿੱਤਾ ਐਬ ਲੀਜ਼ ਮਤ ਹੁੰਦਾ ਅੱਗ ਦੀ ਪੇਟ ਚੜਾ ਦੇਣਾ ਆਫਟਰ ਅ ਲੌਂਗ ਡੌਗ ਫਾਈਟ ਵਿਦ ਦਾ ਰਿਮੇਨਿੰਗ ਆਫ 4 ਸੈਂਬਰ ਕਹਿੰਦੇ ਕਿ ਕਾਫੀ ਲੰਮੀ ਲੌਂਗ ਮਸਰ ਲੌਂਗ ਡੌਗ ਫਾਈਟ ਤੋਂ ਬਾਅਦ ਉਹਨਾਂ ਨੇ ਫੋਰ ਸੈਂਬਰ ਜਿਹੜੇ ਸੀ ਉਹ ਵੀ ਉਹਨਾਂ ਦੇ ਤਬਾਹ ਕਰਤੇ ਹਿਸ 에ਅਰ ਕ੍ਰਾਫਟ ਵਾਸ ਹਿਟ ਐਂਡ ਹੀ ਵਾਸ ਕਿਲਡ ਫਿਰ ਉਹਨਾਂ ਦਾ ਜਿਹੜਾ ਹੀ ਜਹਾਜ਼ ਮਤਲਬ ਕਿਹ ਚੀਜ਼ ਨਾਲ ਟਕਰਾ ਗਿਆ ਦੁਰਘਟਨਾਗ੍ਰਸਤ ਹੋ ਗਿਆ ਤੇ ਉਹ ਸ਼ਹੀਦ ਹੋ ਗਏ ਠੀਕ ਹੈ ਕਹਿੰਦਾ ਰਿਮੇਨਿੰਗ ਪਾਕਿਸਤਾਨੀ 에ਅਰ ਕ੍ਰਾਫਟ ਹੀ ਰਿਟਰਨ ਟੂ ਪਾਕਿਸਤਾਨ ਵਿਦਆਊਟ ਪ੍ਰੈਸਿੰਗ ਦਾ ਅਟੈਕ ਕਹਿੰਦੇ ਕਿ ਇਸ ਤੋਂ ਬਾਅਦ ਜੇ ਦੋ ਸ਼ਹੀਦ ਹੋ ਗਏ ਤੇ ਉਹਨਾਂ ਨੇ ਕਾਫੀ ਹਿੰਮਤ ਨਾਲ ਮੁਕਾਬਲਾ ਕੀਤਾ ਤੇ ਪਾਕਿਸਤਾਨੀ ਜਿਹੜੇ ਹੀ ਉਹ ਡਰ ਗਏ ਤੇ ਉਹ ਬਿਨਾਂ ਹੀ ਅਟੈਕ ਕੀਤੇ ਵਾਪਸ ਜਿਹੜੇ ਚੱਲ ਗਏ ਠੀਕ ਹੈ ਬੇਟਾ ਨੈਕਸਟ ਹੈ ਕਹਿੰਦੇ ਐਕਸਪਲੇਨ ਦਾ ਪਾਰਟ ਬਲੇਡ ਵਾਈ ਕੈਪਟਨ ਵਿਕਰਮ ਬੱਤਰਾ ਇੰਦਾ ਕਾਰਗਲ ਵਾਰ ਇਨ ਜੂਨ 1999 ਕਹਿੰਦੇ ਕਿ ਕੈਪਟਨ ਵਿਕਰਮ ਬੱਤਰਾ ਦੇ ਜਿਹੜੇ ਕਾਰਗਲ ਲੜਾਈ ਵਿੱਚ ਹੈ ਉਹਨਾਂ ਦੀ ਕੀ ਭੂਮਿਕਾ ਸੀ ਉਹ ਐਂ ਐਕਸਪਲੇਨ ਕਰਨੀ ਆ ਕਹਿੰਦੇ ਡੂਰਿੰਗ ਦਾ ਕਾਰਗਲ ਵਾਰ ਇਨ 1999 ਕਹਿੰਦੇ ਜਿਹੜੀ ਕਾਰਗਰ ਵਾਰ ਹੋਈ ਹੀ 1999 ਵਿੱਚ ਕੈਪਟਨ ਵਿਕਰਮ ਬੱਤਰਾ ਵਾਸ ਗੀਵਿੰਗ ਦਾ ਟਾਸਕ ਆਫ ਰੀ ਕੈਪਚਿੰਗ ਪੁਆਇੰਟ 5140 ਤੇ ਉਹਨਾਂ ਨੇ ਇਹ ਟਾਰਗੇਟ ਕੀਤਾ ਕਿ ਅਹੀਂ ਫੇਰ ਦੁਬਾਰਾ 51140 ਤੇ ਮੁੜ ਕਬਜ਼ਾ ਕਰਨਾ ਹੈ ਉਹਨਾਂ ਨੂੰ ਆਪਣੇ ਅੰਦਰ ਲੈਣਾ ਕੈਪਟਨ ਵਿਕਰਮ ਡਿਸਾਈਡ ਟੂ ਲੀਡ ਫਰੋਮ ਦਾ ਰੇਅਰ ਐਂਡ ਦੱਜ ਸ਼ੌਕ ਦਾ ਐਨਮੀ ਕੈਪਟਨ ਨੇ ਮਤਲਬ ਇਹ ਹਿੰਮਤ ਲੋ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਉਹ ਪਿਛਲੂ ਪਿੱਛੇ ਪਾਸੇ ਚੜਾਈ ਕਰਨਗੇ ਤੇ ਦੁਸ਼ਮਣਾਂ ਦਾ ਜਿਹੜਾ ਹੋਸ਼ ਉਡਾ ਦੇਣਗੇ ਠੀਕ ਹੈ ਅਗੇ ਗੱਟ ਵੈਨ ਹੀ ਐਂਡ ਹਿਸ ਮੈਨ ਰੀਸਡ ਨੀਅਰ ਦਾ ਟਾਪ ਕਹਿੰਦੇ ਪਰ ਜਦੋਂ ਉਹ ਤੇ ਉਹਨਾਂ ਦੇ ਜਿਹੜੇ ਆਦਮੀ ਹੀ ਟਾਪ ਦੇ ਮਤਲਬ ਤੌਰ ਸਿਖਰ ਤੇ ਪਹੁੰਚਣ ਲੱਗੇ ਆਗੇ ਪਹੁੰਚਣ ਵਾਲੇ ਹੀ ਦਾ ਐਨਮੀ ਸਟਾਰਟ ਫਾਇਰਿੰਗ ਐਟ ਦਮ ਤੇ ਜਿਹੜੇ ਦੁਸ਼ਮਣ ਹੀ ਉਹਨਾਂ ਨੇ ਫਾਇਰਿੰਗ ਸਟਾਰਟ ਕਰ ਦਿੱਤੀ ਬਟ ਦੇ ਡਿਡ ਨੋਟ ਬੋਰਡਰ ਦਾ ਹੈਵੀ ਫਾਇਰਿੰਗ ਕਹਿੰਦੇ ਕਿ ਪਰ ਉਹ ਮਤਲਬ ਇੰਨੀ ਜ਼ਿਆਦਾ ਜਿਹੜੀ ਫਾਇਰਿੰਗ ਉਦ ਤੱਕ ਭਰਾਈ ਨਹੀਂ ਆ ਦੇ ਹੋਲਡ ਟੂ ਗ੍ਰੈਜੂਏਟ ਐਟ ਦਾ ਮਸ਼ੀਨ ਗਨ ਪੋਸਟ ਕਹਿੰਦੇ ਕਿ ਉਹਨਾਂ ਨੇ ਫਿਰ ਆਪਣੀ ਜਿਹੜੀ ਫਾਇਰਿੰਗ ਤੱਕ ਭਰਾਈ ਨਹੀਂ ਤੇ ਉਹਨਾਂ ਮਸ਼ੀਨ ਗਨ ਵਾਲੀ ਚੌਂਕੇ ਦੇ ਦੋ ਜਿਹੜੇ ਹੱਥ ਗੋਲੇ ਸੁੱਟੇ ਠੀਕ ਹੈ ਨੈਕਸਟ ਹੈ ਕੈਪਟਨ ਵਿਕਰਮ ਅਲੋਂਗ ਕਿਲਡ 3 ਐਨਮੀ ਸ਼ੋਲਡਰ ਇਨ ਕਲੋਜ਼ ਕੰਬੈਟ ਤੇ ਕਹਿੰਦੇ ਕਿ ਮਤਲਬ ਉਹਨਾਂ ਨੇ ਇਕੱਲਿਆਂ ਹੀ ਕੈਪਟਨ ਵਿਕਰਮ ਨੇ ਨੇੜੇ ਦੀ ਲੜਾਈ ਵਿੱਚ ਇਕੱਲਿਆਂ ਹੀ ਤਿੰਨ ਦੁਸ਼ਮਣਾਂ ਨੂੰ ਮਾਰ ਦਿੱਤਾ ਠੀਕ ਹੈ ਅੱਗੇ ਗਿਆ 2 ਹੀ ਵਾਸ ਸੀਰੀਅਸਲੀ ਇੰਜਰਡ ਕਹਿੰਦੇ ਕਿ ਭਾਵੇਂ ਉਹ ਬਹੁਤ ਜ਼ਿਆਦਾ ਗੰਭੀਰ ਰੂਪੇ ਤੇ ਜ਼ਖਮੀ ਹੋ ਗਏ ਹੀ ਹੀ ਇਨਸਿਸਟਿੰਟ ਦੇਡ ਔਨ ਕੰਟੀਨਿਊ ਦਾ ਮਿਸ਼ਨ ਕਹਿੰਦੇ ਫੇਰ ਵੀ ਉਹਨਾਂ ਨੇ ਜਿਹੜੀ ਹੀ ਆਪਣੀ ਜਿਹੜੀ ਲੜਾਈ ਹੀ ਮਤਲਬ ਜਾਰੀ ਰੱਖੀ ਭਾਵੇਂ ਉਹ ਜ਼ਖਮੀ ਵੀ ਹੋ ਗਏ ਫੇਰ ਵੀ ਉਹ ਉਹਨਾਂ ਨੇ ਲੜਾਈ ਜਾਰੀ ਰੱਖੀ ਨੈਕਸਟ ਹੈ ਅਗੇ ਗਿਆ ਕਹਿੰਦੇ ਇਨਸਪਾਇਰਡ inspired by his courage his man cashier in charge the enemy position and recapture point 5140 ke dekh ki fir unna to prerit ho gaye inspire ho ke unna de jehde aadmi hi unna ne apni jang jehdi position sambhal li te 5140 te kabza kar liya and the 0.47 100.51 jackson peak 3 p प्लस और पॉइंट फोर्टी सेवन हंड्रेड फिफ्टी एंड पॉइंट फोर्टी एट हंड्रेड सेवेंटी फाइव वर आल्सो कैप्चर आफ्टरवर्ड ਅਤੇ ਉਸ ਤੋਂ ਬਾਅਦ ਇਹਨਾਂ ਸਾਰਿਆਂ ਜਿਹੜੇ ਹੈਗੇ ਹੀ ਉਹਨਾਂ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਕੈਪਟਨ ਵਿਕਰਮ ਬਤਰਾ ਵਾਸ ਕੀਲਡ ਵਾਈ ਰੀਕੈਪਚਿੰਗ ਪੁਆਇੰਟ 75 ਕਿੰਦੇ ਕਿ ਫਿਰ ਜਿਹੜੇ ਕੈਪਟਨ ਵਿਕਰਮਪੱਤਰਾਹੀ ਉਹ ਸ਼ਹੀਦ ਹੋਗੇ ਮਾਰੇਗੇ ਜਿੱਦੂ ਕਿ ਉਹ ਰੀਕੈਪਚਿੰਗ ਕਰਦੇ ਪਹਿ ਹੀ 0.4875 ਨੂੰ ਠੀਕ ਹੈ ਬੇਟਾ ਇਸ ਤਰ੍ਹਾਂ ਸਾਡਾ ਇਹ ਲੈਸਨ ਕੰਪਲੀਟ ਹੋ ਗਿਆ ਤੇ ਨੈਕਸਟ ਵੀਡੀਓ ਚਾਹੀਏ ਗਲਾ ਲੈਸਨ ਕਰਾਂਗੇ ਤਦ ਤੱਕ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜੋ ਤੇ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇਅਰ